दुखी अंदो नहीं ते ठाओ ना तस्वीर फिराज ना माल खौफ ना खता ना तरस जवाल बेगमपुरा शहर को ना क्यों बनी है ते फिल्म दा बनाने दा मकसद की सी है और फिल्म रिलीज क्यों नहीं की थी कि बड़ी गल ये भी है सानू ये भी सवाल कर दे कि फिल्म तो बनी है नो चार साल हो गए साढ़े तीन साल हो गए फिल्म बनी नो रिलीज क्यों नहीं की थी फिल्म और मैं जे पहला रिलीज फिल्म रिलीज करने वाली गलती जावा कि फिल्म कंप्लीट हुई है और कंप्लीट फिल्म जी असी किश्तों की है ਕਿਸ਼ਤਾਂ ਤੱਕ ਮਤਲਬ ਇਹ ਸੀਗਾ ਕਿ ਸਾਡੇ ਕੋਲ ਜਿੰਨੇ ਕੁ ਪੈਸੇ ਆਉਂਦੇ ਸੀਗੇ ਅਸੀਂ ਉਨਾ ਕੁ ਉਹਦਾ ਕੰਮ ਕਰ ਲੈਂਦੇ ਸੀਗੇ ਫਿਰ ਜਿੰਨੇ ਕੁ ਖਤਮ ਹੋ ਗਏ ਫਿਰ ਦੁਬਾਰਾ ਵੇਟ ਕਰ ਲਿਆ ਕਿ ਸਾਡੀ ਜਦੋਂ ਅਗਲੀ ਤਨਖਾਹ ਹੋ ਗਈ ਤਾਂ ਉਹਦੇ ਵਿੱਚੋਂ ਪਾ ਕੇ ਫਿਰ ਅਸੀਂ ਫਿਲਮ ਅਵਾਰਡ ਮਿਲਿਆ ਉਸ ਫਿਲਮ ਨੂੰ ਉਹ ਇੱਦਾਂ ਦੀਆਂ ਫਿਲਮਾਂ ਕੀਤੀਆਂ 47-84 ਫਿਲਮ ਕੀਤੀ ਹੈ ਸਾਵੀ ਫਿਲਮ ਕੀਤੀ ਹੈ ਉਹਨਾਂ ਨੇ ਆਤੂ ਖੋਜੀ ਜਿਹੜੀ ਛੋਟੀ ਫਿਲਮ ਸੀ ਉਹ ਕੀਤੀ ਹੈ ਉਹਨਾਂ ਨੇ ਸਾਡੇ ਨਾਲ ਇੱਕ ਗੱਲ ਕੀਤੀ ਕਿ ਯਾਰ ਅਸੀਂ ਇੱਦਾਂ ਦੀ ਕੋਈ ਗੱਲ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਦੀ ਅੱਜ ਤੱਕ ਨਾ ਤਾਂ ਫਿਲਮ ਦੇ ਵਿੱਚ ਗੱਲ ਕੀਤੀ ਹੈ ਨਾ ਉਹਨਾਂ ਲੋਕਾਂ ਨੂੰ ਉਸ ਫਿਲਮ ਦੇ ਮੇਨ ਸਟ੍ਰੀਮ ਤੇ ਲੈ ਕੇ ਆਉਂਦਾ ਹੈ ਔਰ ਜਦੋਂ ਆਪਾਂ ਗੱਲ ਕਰਦੇ ਹਾਂ ਫਿਲਮ ਦੀ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਮੈਂ ਬੇਵਾਕੀ ਨਾਲ ਕਹੂੰਗਾ ਕਿ ਪੰਜਾਬੀ ਫਿਲਮਾਂ ਦੀ ਜੇ ਗੱਲ ਕਰੀਏ ਤਾਂ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਖਾਸ ਕਿਸਮ ਦੀ ਕਮਿਊਨਿਟੀ ਦੀ ਗੱਲ ਕੀਤੀ ਜਾਂਦੀ ਹੈ ਜੱਟ ਦੀ ਗੱਲ ਕੀਤੀ ਜਾਂਦੀ ਹੈ ਔਰ ਦੁੱਖ ਦੀ ਗੱਲ ਇਹ ਹੈ ਕਿ ਉਸ ਜੱਟ ਦੀ ਗੱਲ ਨਹੀਂ ਕੀਤੀ ਜਾਂਦੀ ਹੈ ਜਿਹੜਾ ਜੱਟ ਅੱਜ ਗੱਲ ਦੀ ਸਫਾਹ ਲਾ ਕੇ ਮਾਰ ਗਿਆ ਉਸ ਜੱਟ ਦੀ ਗੱਲ ਨਹੀਂ ਕੀਤੀ ਜਾਂਦੀ ਜਿਹਦੀ ਘਰਵਾਲੀ DMC ਦੇ ਵਿੱਚ 70,000 ਰੁਪਇਆ ਲੱਖ ਰੁਪਇਆ ਬਿੱਲ ਨਾ ਦੇਣ ਕਰਕੇ ਉਹ ਮੌਤ ਦੇ ਮੂੰਹ ਚਲੀ ਜਾਂਦੀ ਹੈ ਅੱਜ ਉਸ ਜੱਟ ਦੀ ਗੱਲ ਕੀਤੀ ਜਾਂਦੀ ਹੈ ਜਿਹੜਾ ਜੱਟ ਅਸਲ ਦੇ ਵਿੱਚ ਐਗਜਿਸਟ ਹੀ ਨਹੀਂ ਕਰਦਾ ਉਹਨਾਂ ਜਿਹੜੀ ਫਿਲਮ ਦੇ ਵਿੱਚ ਜਾਂ ਗੀਤਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਔਰ ਜਦੋਂ ਆਪਾਂ ਗੱਲ ਕਰਦੇ ਹਾਂ ਫਿਲਮ ਦੀ ਚੰਮ ਦੀ ਉਹਦੇ ਵਿੱਚ ਉਸ ਫਿਲਮ ਦਾ ਹੀਰੋ ਹੈ ਅਸਲ ਦਾ ਵਿੱਚ ਦਲਿਤ ਤਾਂ ਕਦੇ ਫਿਲਮਾਂ ਦੇ ਵਿੱਚ ਹੀਰੋ ਆਇਆ ਹੀ ਨਹੀਂ ਗਾ ਪੰਜਾਬੀ ਫਿਲਮਾਂ ਦੇ ਇਤਿਹਾਸ ਦੇ ਵਿੱਚ ਤੁਸੀਂ ਦੇਖ ਲਓ ਕਿ ਦਲਿਤ ਕੋਈ ਵੀ ਦਲਿਤ ਕਰੈਕਟਰ ਜਿਹੜਾ ਫਿਲਮ ਦਾ ਹੀਰੋ ਨਹੀਂ ਹੋ ਸਕਦਾ ਔਰ ਦਲਿਤ ਦੇ ਵਿੱਚੋਂ ਵੀ ਜਿਹੜੇ ਘੋਰ ਦਲਿਤ ਅੱਗੇ ਜਾ ਕੇ ਹੈ ਉਹਨਾਂ ਦੀ ਗੱਲ ਕਿਸੇ ਵੀ ਢੰਗ ਦੇ ਵਿੱਚ ਕੀਤੀ ਨਹੀਂ ਜਾ ਸਕਦੀ ਔਰ ਸਾਡਾ ਇੱਕ ਇਹ ਵਿਚਾਰ ਸੀ ਸਾਡਾ ਇੱਕ ਦੁੱਖ ਸੀ ਇੱਕ ਸੁਪਨਾ ਵੀ ਸੀਗਾ ਕਿ ਉਹਨਾਂ ਦੀ ਗੱਲ ਕੀਤੀ ਜਾਵੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਮੈਂ ਬਿਲਕੁਲ ਸਾਫ ਸਪਸ਼ਟ ਹਾਂ ਮੈਂ ਆਪਣੇ ਵਿਜ਼ਨ ਦੇ ਵਿੱਚ ਕਲੀਅਰ ਹਾਂ ਕਿ ਮੈਂ ਥੀਏਟਰ ਕਿਉਂ ਕਰਦਾ ਮੈਂ ਆਪਣੇ ਵਿਜ਼ਨ ਦੇ ਵਿੱਚ ਕਲੀਅਰ ਹਾਂ ਮੈਂ ਫਿਲਮ ਕਿਉਂ ਕਰਦਾ ਮੇਰੇ ਬਿਲਕੁਲ ਸਾਫ ਸਪਸ਼ਟ ਹੈ ਕਿ ਜਿਹੜਾ ਗੁਰਸ਼ਰਨ ਭਾਜੀ ਦਾ ਪੈਟਰਨ ਆ ਅਸੀਂ ਉਸ ਨੂੰ ਅਪਣਾ ਕੇ ਜਾਂ ਸਿੱਧੇ ਰੂਪ ਦੇ ਵਿੱਚ ਮੈਂ ਭਗਤ ਸਿੰਘ ਦੇ ਵਿਚਾਰਾਂ ਦੀ ਗੱਲ ਕਰਦਾ ਮੈਂ ਉਹਨਾਂ ਨੂੰ ਪਰਨਾਇਆ ਹੋਇਆ ਦੋ ਰਾਵਾਂ ਨਹੀਂ ਮੈਂ ਇਹ ਬੇਵਾਕੀ ਨਾਲ ਕਹਿਣਾ ਚਾਹੁੰਦਾ ਔਰ ਜਦੋਂ ਅਸੀਂ ਫਿਰ ਫਿਲਮ ਦੀ ਗੱਲ ਕੀਤੀ ਤਾਂ ਰਾਜੀਵ ਕਹਿੰਦਾ ਵੀ ਇਹਦੇ ਵਿੱਚ ਆਪਣੇ ਕੋਲ ਇੱਕ ਪ੍ਰੋਜੈਕਟ ਹੈਗਾ ਵਾ ਇਹ ਗੱਲ ਆਪਾਂ ਕਰਨਾ ਚਾਹੁੰਦੇ ਹਾਂ ਪਰ ਮੈਂ ਕਿਹਾ ਆਪਾਂ ਜ਼ਰੂਰ ਕਰਾਂਗੇ ਅਸੀਂ ਚਾਰ ਦੋਸਤ ਜਿਨ੍ਹਾਂ ਨੇ ਲੋਕ ਕਲਾ ਮੰਚ ਸ਼ੁਰੂ ਕੀਤਾ ਸੀ ਉਹਨਾਂ ਵਿੱਚੋਂ ਦੋ ਅਸੀਂ ਨਾਟਕ ਕਰਦੇ ਹਾਂ ਮੈਂ ਅਤੇ ਹਰਕੇਸ਼ ਥੀਏਟਰ ਕਰਦੇ ਹਾਂ ਰਾਜੀਵ ਫਿਲਮਾਂ ਚਲਾ ਗਿਆ ਇੱਕ ਮੁੰਡਾ ਜਿਹੜਾ ਉਹ ਬੈਕ ਸਟੇਜ ਚਲਾ ਗਿਆ ਆਪਣੀ ਰੋਜੀ ਰੋਟੀ 'ਚ ਪੈ ਗਿਆ ਪਰ ਅਸੀਂ ਉਹਦੇ ਨਾਲ ਗੱਲ ਕੀਤੀ ਕਿ ਰੋਜੀ ਰੋਟੀ ਜਿਹੜੀ ਹੈਗੀ ਆ ਬਹੁਤ ਕਮਾ ਲਈ ਕੁਛ ਆਪਾਂ ਸੁਸਾਇਟੀ ਲਈ ਹੋਰ ਕਰੀਏ ਤਾਂ ਕੁਛ ਉਹਨੂੰ ਹੈਲਪ ਲੈ ਕੇ ਔਰ ਕੁਛ ਮੈਂ ਰਾਜੀਵ ਨੂੰ ਇਹ ਗੱਲ ਕਹੀ ਹੈ ਕਿ ਜੇ ਆਪਾਂ ਯਾਰ ਕਰਨਾ ਹੀ ਆ ਤਾਂ ਕੋਈ ਗੱਲ ਨਹੀਂ ਹੈਗੀ ਆ ਇਹ ਜਿਹੜਾ ਮੁੱਦਾ ਹੈਗਾ ਵਾ ਜਿਹੜੀ ਗੱਲ ਹੈਗੀ ਆ ਉਹ ਅਸੀਂ ਕਰਦੇ ਹਾਂ ਔਰ ਮੈਂ ਆਪਣਾ ਹਾਊਸ ਲੋਨ ਮੈਂ ਘਰ ਬਣਾਉਣ ਲਈ ਲੋਨ ਲੈਣਾ ਸੀਗਾ ਅਤੇ ਮੈਂ ਲੋਨ ਪਾਸ ਕਰਾਇਆ ਉਹ ਲੋਨ ਪਾਸ ਕਰਾ ਕੇ ਮੈਂ ਫਿਲਮ ਨੂੰ ਦੇ ਦਿੱਤਾ ਸੀ ਉਹ ਫਿਲਮ 12 ਲੱਖ ਦੇ ਵਿੱਚ ਫਿਲਮ ਜਿਹੜੀ ਹੈ ਔਰ ਮੈਂ ਲੋਨ ਲੈ ਲਿਆ ਜਦੋਂ ਲੋਨ ਲੈ ਲਿਆ ਮਕਾਨ ਬਣਾਇਆ ਨਹੀਂ ਤਾਂ ਬੈਂਕ ਦੇ ਜਦੋਂ ਕਿਸ਼ਤਾਂ ਲੈਣ ਆਏ ਜਦੋਂ ਇਸ ਗੱਲ ਦਾ ਰੌਲਾ ਪੈ ਗਿਆ ਕਿ ਕਿਸ਼ਤਾਂ ਮਕਾਨ ਨਹੀਂ ਬਣਾਇਆ ਤੁਸੀਂ ਤਾਂ ਮੇਰੀ ਵਾਈਫ ਨੇ ਇੱਕ ਮੇਰੇ 'ਤੇ ਸਵਾਲ ਕੀਤਾ ਵੀ ਚਲ ਗੱਲ ਠੀਕ ਹੈ ਤੁਹਾਡੀ ਹਾਲਾਂਕਿ ਮੇਰੀ ਵਾਈਫ ਮੇਰੀ ਵਿਚਾਰਧਾਰਾ ਨਾਲ ਪੂਰੇ ਸਹਿਮਤ ਨੇ ਮੇਰੇ ਨਾਲ ਕੰਮ ਕਰਦੇ ਨੇ ਤਾਂ ਇਹ ਗੱਲ ਠੀਕ ਹੈ ਤੁਹਾਡੀ ਪਰ ਤੁਸੀਂ ਫਿਲਮ ਬਣਾ ਕੇ ਤੁਸੀਂ ਲਿਆ ਤਾਂ ਕੁਛ ਨਹੀਂ ਉਲਟਾ ਤੁਹਾਡੇ 'ਤੇ ਜਿਹੜਾ ਮਤਲਬ ਬੈਂਕ ਵਾਲੇ ਪ੍ਰੈਸ਼ਰ ਪਾਉਂਦੇ ਆ ਮੈਂ ਉਹਨੂੰ ਇੱਕ ਬੜਾ ਜਿਹੜਾ ਮੇਰੇ ਜ਼ਿਹਨ ਦੇ ਵਿੱਚ ਲੱਗਿਆ ਔਰ ਮੈਂ ਬਹੁਤ ਓਨੈਸਟਲੀ ਔਰ ਸੋਚ ਸਮਝ ਕੇ ਗੱਲ ਕਰਦਾ ਜਦੋਂ ਮੈਂ ਉਹਨੂੰ ਇੱਕ ਗੱਲ ਕਹੀ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਮੈਂ ਜਿਹੜੇ ਵਿਚਾਰਧਾਰਾ ਦਾ ਵਾ ਮੈਂ ਬਿਲਕੁਲ ਬਹੁਤਾ ਕਿ ਮੈਂ ਜਮ੍ਹਾਂ ਹੀ ਧਾਰਮਿਕ ਨਹੀਂ ਹੈਗਾ ਔਰ ਮੈਂ ਜਿਹੜੇ ਆਪਣਾ ਸਾਰਾ ਵਿਆਹ ਵਗੈਰਾ ਵੀ ਕਰਾਇਆ ਉਹ ਬਿਨਾਂ ਧਾਰਮਿਕ ਰੀਤੀ ਰਿਵਾਜ਼ਾਂ ਤੋਂ ਰਸਮਾਂ ਤੋਂ ਕਰਵਾਇਆ ਅਤੇ ਮੈਂ ਉਹਨੂੰ ਇੱਕ ਗੱਲ ਕਹੀ ਕਿ ਮੈਂ ਤੇਰੇ ਨਾਲ ਵਿਆਹ ਕਰਾਇਆ ਕੋਈ ਖਰਚ ਨਹੀਂ ਕੀਤਾ ਮੈਂ ਕਿਤੇ ਵੀ ਕੋਈ ਖਰਚ ਨਹੀਂ ਕਰਦਾ ਜੇ ਮੈਂ ਧਾਰਮਿਕ ਬੰਦਾ ਹੁੰਦਾ ਜਾਂ ਤਾਂ ਮੈਂ ਇੱਕ ਸਾਲ ਦੇ ਵਿੱਚ ਇੱਕ ਜਗਰਾਤਾ ਕਰਾਉਂਦਾ ਜਾਂ ਘੱਟੋ ਘੱਟ ਤੇਰੇ ਕਹਿ ਤੋਂ ਜਾਂ ਆਪਣੀ ਸ਼ਰਧਾ ਮੁਤਾਬਿਕ ਇੱਕ ਖੰਡ ਪਾਠ ਖੋਲ੍ਹਦਾ ਉਹਦੇ ਵਿੱਚ ਸਾਲ ਦਾ 1 ਲੱਖ ਰੁਪਇਆ ਘੱਟੋ ਘੱਟ ਲੱਗਦਾ ਅਤੇ 6-7-8 ਖੰਡ ਪਾਠ ਆਪਾਂ ਕਰਵਾ ਦਿੰਦੇ
ਤੇ ਉਹਦੇ ਵਿੱਚ 8 ਲੱਖ ਰੁਪਈਆ ਜਾਂਦਾ। ਅੱਜ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਮੈਂ ਅੱਜ 8 ਖੰਡ ਪਾਠ ਉਹਨਾਂ ਵਿਹੜੇ ਵਾਲਿਆਂ ਦੇ ਨਾਂ ਤੇ ਕਰਵਾ ਦਿੱਤੇ ਜਿਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਦੀ, ਜਿਨ੍ਹਾਂ ਦੀ ਕੋਈ ਗੱਲ ਨਹੀਂ ਕਰਦਾ, ਜਿਨ੍ਹਾਂ ਦੀ ਗੱਲ ਅੱਜ ਕਰਨੀ ਬਣਦੀ ਹੈ। ਤੇ ਮੈਨੂੰ ਇਸ ਗੱਲ ਦੀ ਕੋਈ ਦੁੱਖ ਨਹੀਂ ਹੈ, ਇਸ ਗੱਲ ਦਾ ਕੋਈ ਤਕਲੀਫ ਨਹੀਂ ਹੈ ਕਿ ਉਹ ਪੈਸੇ ਜਿਹੜੇ ਆ ਪੈਸੇ ਆਉਣਗੇ, ਕੋਈ ਗੱਲ ਨਹੀਂ ਹੈਗੀ ਆ। ਮੈਨੂੰ ਇਸ ਗੱਲ ਦਾ ਅਹਿਸਾਸ ਵੀ ਹੈ ਕਿ ਜਦੋਂ ਤੁਸੀਂ ਕੰਮ ਕਰਦੇ ਹੋ, ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਲੋਕ ਤੁਹਾਨੂੰ ਮਰ ਨਹੀਂ ਦਿੰਦੇ, ਲੋਕ ਤੁਹਾਡੀ ਬਾਂਹ ਫੜਦੇ ਆ। ਤੁਸੀਂ ਲੋਕਾਂ ਦੀ ਗੱਲ ਕਰੋ ਤਾਂ ਸਹੀ, ਤੁਸੀਂ ਲੋਕਾਂ ਦੀ ਉਹ ਬਾਤ ਪਾਓ ਤਾਂ ਸਹੀ। ਜਦੋਂ ਤੁਸੀਂ ਲੋਕਾਂ ਦੀ ਉਹ ਗੱਲ ਹੀ ਨਹੀਂ ਕਰੋਗੇ ਤਾਂ ਫਿਰ ਤੁਹਾਡੇ ਲਈ। ਔਰ ਇਸ ਫਿਲਮ ਨੂੰ ਦਿਖਾਉਣ ਲਈ ਹੋਰ ਗੱਲ ਹੈ ਕਿ ਅਸੀਂ ਰਿਲੀਜ਼ ਨਹੀਂ ਕੀਤੀ ਇਹ ਫਿਲਮ, ਔਰ ਇਹ ਫਿਲਮ ਜਦੋਂ ਬਣਾਈ ਗਈ ਹੈ। ਹੁਣ ਤੁਸੀਂ ਫਿਲਮ ਰਿਲੀਜ਼ ਦੀ ਗੱਲ ਕਰਾਂਗੇ, ਫਿਲਮਾਂ ਵੱਡੇ ਵੱਡੇ ਮਲਟੀਪਲੈਕਸ ਦੇ ਵਿੱਚ ਲੱਗਦੀਆਂ। ਫਿਲਮ ਦੇਖਣ ਜਾਂਦੇ ਹੋ 200 ਰੁਪਈਏ ਦੀ, 250 ਰੁਪਈਏ ਦੀ ਹਿੰਦੁਸਤਾਨ ਦੇ ਵਿੱਚ ਟਿਕਟ ਹੈ, ਔਰ ਜਿਹੜੇ 5 ਰੁਪਈਏ ਦੀ ਗਾਣਿਆਂ ਦੀ ਕੌਲੀ ਹੈ ਉਹ 100 ਰੁਪਈਏ 'ਚ ਮਿਲਦੀ ਹੈ। ਇੱਕ ਪਰਿਵਾਰ ਜਾਂਦਾ 600-700 ਰੁਪਈਏ ਤੋਂ ਘੱਟ ਉਹ ਫਿਲਮ ਨਹੀਂ ਵੇਖ ਸਕਦਾ। ਅਤੇ ਫਿਰ ਜਿਹੜੇ ਬੰਦੇ ਦੀ ਅਸੀਂ ਫਿਲਮ ਬਣਾਈ ਹੈ, ਜਿਹੜਾ 300 ਰੁਪਈਆ ਦਿਹਾੜੀ ਦਾ ਕਰਦਾ ਹੈ, ਉਹ 500 ਰੁਪਈਆ 700 ਰੁਪਈਆ ਆਪਣੇ ਬੱਚਿਆਂ ਨੂੰ ਫਿਲਮ ਦਿਖਾਉਣ ਲਈ ਨਹੀਂ ਖਰਚੇ ਦੀ ਗੱਲ ਇਹ ਹੈ, ਉਹ ਸਿਨੇਮੇ ਤੱਕ ਨਹੀਂ ਜਾ ਸਕਦਾ। ਅਸੀਂ ਇਹ ਬਿਲਕੁਲ ਸੋਚ ਸਮਝ ਕੇ ਮਹਿਸੂਸ ਕੀਤਾ ਕਿ ਜੇ ਉਹ ਲੋਕ ਸਿਨੇਮੇ ਤੱਕ ਨਹੀਂ ਜਾ ਸਕਦੇ ਤਾਂ ਕਿਉਂ ਨਾ ਸਿਨੇਮੇ ਉਹਨਾਂ ਲੋਕਾਂ ਤੱਕ ਲੈ ਕੇ ਗਏ, ਔਰ ਅਸੀਂ ਸਿਨੇਮੇ ਨੂੰ ਉਹਨਾਂ ਲੋਕਾਂ ਤੱਕ ਲੈ ਕੇ ਗਏ ਹਾਂ। ਪੰਜਾਬ ਦੇ ਵਿੱਚ ਅਸੀਂ ਲਗਭਗ 200 ਥਾਵਾਂ 'ਤੇ ਇਸ ਫਿਲਮ ਨੂੰ ਦਿਖਾਇਆ, ਘਰਾਂ ਦੇ ਵਿੱਚ ਦਿਖਾਇਆ, ਵਿਹੜਿਆਂ 'ਚ ਦਿਖਾਇਆ, ਉਹਨਾਂ ਲੋਕਾਂ ਤੱਕ ਲੈ ਕੇ ਗਏ ਜਿਨ੍ਹਾਂ ਨੂੰ ਸੱਚੀ ਮੁੱਚੀ ਇਸ ਫਿਲਮ ਦੀ ਲੋੜ ਸੀ, ਜਿਹੜੇ ਇਸ ਫਿਲਮ ਦੇ ਹੀਰੋ ਨੇ, ਜਿਹੜੇ ਇਸ ਫਿਲਮ ਦੇ ਪਾਤਰ ਨੇ। ਔਰ ਮੈਂ ਇੱਕ ਗੱਲ ਬਿਲਕੁਲ ਸਾਫ਼ ਕਹਿਣਾ ਚਾਹੁੰਦਾ ਕਿ ਫਿਲਮ ਦੇ ਵਿੱਚ, ਵੈਸੇ ਤੁਸੀਂ ਸਾਰੇ ਸਿਆਣੇ ਹੋ, ਇਹਦੇ ਵਿੱਚ ਕਿਤੇ ਵੀ ਕੋਈ ਉਹ ਗੱਲ ਨਹੀਂ ਹੈ ਕਿ ਸਾਡੀ ਹੀਰੋਇਨ ਨੇ ਛੋਟੇ ਜਿਹੇ ਕੱਪੜੇ ਪਾਏ ਆ, ਸਰੋਂ ਦੇ ਖੇਤਾਂ ਦੇ ਫੁੱਲਾਂ ਦੇ ਖੇਤਾਂ ਦੇ ਵਿੱਚ ਨੱਚ ਰਹੀ ਹੈ, ਸ਼ਿਮਲੇ ਜਾ ਕੇ ਡਾਂਸ ਕਰ ਰਹੀ ਹੈ, ਬਿਲਕੁਲ ਨਹੀਂ ਹੈ। ਇਹ ਦਰਦ ਹੈ, ਇਹ ਤਕਲੀਫ਼ ਹੈ। ਮੈਨੂੰ ਟੋਰਾਂਟੋ ਇੱਕ ਪੱਤਰਕਾਰ ਨੇ ਪੁੱਛਿਆ ਕਿ ਯਾਰ ਤੁਸੀਂ ਇਸ ਫਿਲਮ ਦੇ ਵਿੱਚ ਇੱਕ ਹੱਡਾ ਰੋੜੀ ਦਾ ਸੀਨ ਆ, ਤੁਸੀਂ ਫਿਲਮ ਦੇਖੋਗੇ ਵੀ ਹੱਡਾ ਰੋੜੀ ਦੇ ਵਿੱਚ ਜਾਣਾ, ਇੰਨਾ ਚਿਰ ਬੈਠਣਾ, ਇੰਨਾ ਸਾਰਾ ਕੁਛ ਹੈ, ਸਾਰਾ ਕੁਛ ਹੈਗਾ ਕਿ ਤੁਸੀਂ ਵੀ ਉਹਨਾਂ ਮੈਨੂਪਲੇਟ ਕੀਤਾ ਹੁੰਦਾ ਫਿਲਮਾਂ ਦੇ ਵਿੱਚ, ਕੀ ਇਹ ਸੱਚੀ ਹੈ ਕਿ ਮੈਨੂਪਲੇਟ ਕੀਤਾ ਹੈ? ਮੈਂ ਕਿਹਾ ਨਹੀਂ, ਇਹ ਮੈਨੂਪਲੇਟ ਨਹੀਂ ਕੀਤਾ, ਇਹ ਸੱਚੀ ਹੈ। ਔਰ ਉਸ ਫਿਲਮ ਦੇ ਵਿੱਚ ਜਿਹੜਾ ਮੈਂ ਰੋਲ ਕੀਤਾ ਉਹ ਮੇਰਾ ਦਰਦ ਵੀ ਸੱਚੀ ਹੈ ਉਹਨਾਂ ਲੋਕਾਂ ਦੇ ਲਈ ਕਿ ਜਦੋਂ ਤੱਕ ਇਸ ਸਿਸਟਮ ਦੇ ਵਿੱਚ, ਜਦੋਂ ਅਸੀਂ ਬਾਬੇ ਨਾਨਕ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਗੁਰੂ ਰਵਿਦਾਸ ਜੀ ਦੀ ਗੱਲ ਕਰਦੇ ਹਾਂ, ਭਗਤ ਸਿੰਘ ਦੀ ਗੱਲ ਕਰਦੇ ਹਾਂ, ਕਰਤਾਰ ਸਿੰਘ ਸਰਾਭੇ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਇੱਕ ਵਿਚਾਰਕ ਰੂਪ ਦੇ ਵਿੱਚ ਬਿਲਕੁਲ ਕਲੀਅਰ ਅਤੇ ਸਾਫ਼ ਸਪਸ਼ਟ ਹੋਣਾ ਚਾਹੀਦਾ ਕਿ ਅਸੀਂ ਖੜਨਾ ਕਿੱਥੇ। ਗੁਰਸ਼ਰਨ ਭਾਅ ਜੀ ਇਸ ਗੱਲ ਨੂੰ ਕਰਦੇ ਰਹੇ ਹੈ ਕਿ ਤੁਹਾਡੇ ਮਨ ਦੇ ਵਿੱਚ ਇੱਕ ਵਿਜ਼ਨ ਕਲੀਅਰ ਹੋਣਾ ਚਾਹੀਦਾ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ। ਔਰ ਇਸ ਫਿਲਮ ਦੇ ਵਿੱਚ ਜਿਹੜੀ ਇੱਕ ਸੱਚੀ ਘਟਨਾ ਵਾਪਰੀ ਪੰਜਾਬ ਦੇ ਵਿੱਚ ਕਿ ਹਿੰਦੁਸਤਾਨ ਦਾ ਜਿਹੜਾ ਸ਼ਾਈਨਿੰਗ ਇੰਡੀਆ ਹੈ, ਹਿੰਦੁਸਤਾਨ ਦੇ ਵਿੱਚ ਜਿਹੜੇ ਅੱਛੇ ਦਿਨ ਵਾਲੀ ਗੱਲ ਕੀਤੀ ਹੈ ਕਿ ਜਲੰਧਰ ਦੇ ਵਿੱਚ ਇੱਕ ਕੰਮ ਕਰਦਾ ਹੈ, ਪੇਂਟਿੰਗ ਦਾ ਕੰਮ ਕਰਦਾ ਹੈ ਬੰਦਾ, ਔਰ ਉਹਦੇ ਘਰ ਬੱਚਾ ਪੈਦਾ ਹੁੰਦਾ ਹੈ, ਅਤੇ ਪੈਦਾ ਹੁੰਦੇ ਸਾਰ ਉਹਨੂੰ ਪੀਲੀਆ ਜਦੋਂ ਹੋ ਜਾਂਦਾ ਹੈ ਤਾਂ ਉਹਨੂੰ ਇੱਕ ਸਪੈਸ਼ਲ ਇਕੁਪਮੈਂਟਸ ਦੇ ਵਿੱਚ ਰੱਖਣਾ ਪੈਂਦਾ ਹੈ, ਅਤੇ ਜਦੋਂ ਉਸ ਇਕੁਪਮੈਂਟਸ ਦੇ ਵਿੱਚ ਰੱਖਦੇ ਆ ਤਾਂ ਉਹਨਾਂ ਨੇ ਕਿਹਾ ਕਿ 700 ਰੁਪਈਆ ਇਹਦੀ ਫੀਸ ਹੈ, ਉਹ ਤੁਹਾਨੂੰ ਜਮ੍ਹਾਂ ਕਰਾਉਣੀ ਪਊਗੀ। ਔਰ ਉਹਦੇ ਕੋਲ 700 ਰੁਪਈਆ ਨਹੀਂ ਹੈ, ਉਹ 700 ਰੁਪਈਏ ਦਾ ਪ੍ਰਬੰਧ ਕਰਦਾ ਕਰਦਾ ਜਿੰਨੇ ਚਿਰ ਤੱਕ ਉਹ 700 ਰੁਪਈਏ ਦਾ ਪ੍ਰਬੰਧ ਕਰਦਾ ਹੈ ਉਸ ਦਾ ਬੱਚਾ ਉਸ ਦੁਨੀਆਂ ਦੇ ਵਿੱਚੋਂ ਚਲਾ। Lori
ਉਹਨਾਂ ਚੀਜ਼ਾਂ ਲਈ ਜਾਗਣਾ ਪੈਣਾ ਹੈ। ਔਰ ਫਿਲਮ ਜਿਹੜੀ ਹੈਗੀ ਆ ਉਹ ਬਿਲਕੁਲ ਵੀ ਸਾਫ਼ ਸਪਸ਼ਟ ਰੂਪ ਦੇ ਵਿੱਚ ਕਿ ਦੋ ਵਰਗਾਂ ਦੀ ਲੜਾਈ ਹੈ, ਬੜੇ ਸੋਚ ਸਮਝ ਕੇ ਜਾਰੀ ਕੀਤਾ ਹੈ ਕਿ ਇਹ ਸਾਡੇ ਲਈ ਇੱਕ ਸਵਾਲ ਵੀ ਹੈ ਔਰ ਇੱਕ ਡਿਸਕਸ਼ਨ ਦਾ ਵਿਸ਼ਾ ਵੀ ਹੈ ਔਰ ਵਿਚਾਰਨ ਦਾ ਵਿਸ਼ਾ ਵੀ ਹੈ ਕਿ ਜੈ ਭੀਮ ਅਤੇ ਲਾਲ ਸਲਾਮ ਇਕੱਠਾ ਕਰਨਾ। 4-5 ਦਿਨ ਪਹਿਲਾਂ ਮੈਨੂੰ ਫੋਨ ਆਇਆ ਇੱਕ ਧੁਰੀ ਤੋਂ ਕਿ ਤੁਸੀਂ ਸਾਡੇ ਪਿੰਡ ਫਿਲਮ ਦਿਖਾ ਕੇ ਗਏ ਹਾਂ। ਮੈਂ ਕਿਹਾ ਬਿਲਕੁਲ ਦਿਖਾ ਕੇ ਗਏ ਹਾਂ। ਕਹਿੰਦਾ ਸਾਡੇ ਪਿੰਡ ਦੀਆਂ ਔਰਤਾਂ ਨੇ ਇਕੱਠੇ ਹੋ ਕੇ ਅੱਜ ਆਪਣੀ ਜਿਹੜੀ ਪੰਚਾਇਤੀ ਜ਼ਮੀਨ ਸੀ ਦਲਿਤਾਂ ਲਈ ਰਾਖਵਾਂ ਹਿੱਸਾ ਲੜ ਕੇ ਲਿਆ ਔਰ ਉਹਨੇ ਲਲਕਾਰ ਕੇ ਕਿਹਾ ਕਿ ਅਸੀਂ ਫਿਲਮ ਦੇਖੀ ਸੀ ਉਹਦਾ ਪ੍ਰਭਾਵ ਆ ਸਕਦਾ। ਸੈਕਟਰੀ ਸਾਹਿਬ ਹੁਣੇ ਬੋਲੀ ਕਰਾਓ। ਹਾਂਜੀ ਹਾਂਜੀ ਬੋਲੀ ਹੁਣੇ ਕਰਾਓ, ਸਰਕਾਰੀ ਬੋਲੀ ਹੈ ਜੀ 25,000 ਰੁਪਏ। ਚਲੋ ਜੀ ਦਿਓ ਬੋਲੀ 25,000। 25,000 ਇੱਕ, ਕੋਈ ਹੋਰ ਹੈ ਬੋਲੀ ਦੇਣ ਵਾਲਾ? 25,500। 25,500 ਇੱਕ, ਕੋਈ ਹੋਰ ਹੈ? 26,000। 26,000 ਇੱਕ, ਕੋਈ ਹੋਰ ਤਾਂ ਨੀ ਬੋਲੀ ਦੇਣ ਵਾਲਾ? 26,002। 26,003। ਕੁਲਦੀਪ ਸਿੰਘ ਪੁੱਤਰ ਛੱਜੂ ਸਿੰਘ, ਪੈਸੇ ਜਮ੍ਹਾਂ ਕਰਾਓ, ਜ਼ਮੀਨ ਤੁਹਾਡੀ ਹੋਈ। ਮੈਂ ਸੱਚੀ ਘਟਨਾ ਤੁਹਾਨੂੰ ਦੱਸਦਾ, ਗੱਲ ਖਤਮ ਕਰਦਾ ਕਿ ਮੈਂ ਇੱਕ ਵਿਆਹ 'ਤੇ ਗਿਆ ਔਰ ਪੰਜਾਬੀਆਂ ਦਾ ਵਿਆਹ, ਕਹਿੰਦੇ ਕਹਾਉਣ ਦੇ ਲੋਕ ਵਿਆਹ ਦੇ ਵਿੱਚ ਡੀਜ਼ੇ ਲੱਗਿਆ ਹੋਇਆ, ਜਿਵੇਂ ਕਹਿੰਦੇ ਆ ਵੀ ਹੁਣ ਸਾਰੇ ਭਾਈ ਪਾਸੇ ਹੋ ਜਾਓ, ਹੁਣ ਪਰਿਵਾਰ ਵਾਲੇ ਨੱਚਣਗੇ। ਬਿਲਕੁਲ ਰੀਅਲ ਬ੍ਰਦਰ ਅਤੇ ਸਿਸਟਰ ਨੱਚ ਰਹੇ ਆ ਔਰ ਗੀਤ ਲੱਗਿਆ, ਬ੍ਰਦਰ ਸਿਸਟਰ ਵੱਲ ਹੱਥ ਕਰਕੇ ਕਹਿ ਰਿਹਾ ਕਿ ਤੂੰ ਨਹੀਂ ਬੋਲਦੀ ਰੰਗਾਂ ਦੇ, ਤੂੰ ਨਹੀਂ ਬੋਲਦੀ ਤੇਰੇ 'ਚੋਂ ਤੇਰਾ ਯਾਰ ਦੇ। ਇਹ ਸਾਡਾ ਕਲਚਰ ਨਹੀਂ, ਅਸੀਂ ਦੱਸਿਆ ਨਹੀਂ ਆਪਣੇ ਬੱਚਿਆਂ ਨੂੰ ਕਿ ਸਾਡਾ ਕਲਚਰ ਇਹ ਹੈ ਕਿ ਬੰਦਾ ਬਹਾਦਰ ਦਾ, 4 ਸਾਲ ਦਾ ਬੱਚਾ, ਸਭ ਤੋਂ ਛੋਟੀ ਉਮਰ ਦਾ ਬੱਚਾ ਜਿਹਦਾ ਘਰ ਜਾਂ ਕੱਟੋ ਦੇ ਪਿਓ ਚਤੁੰਦੇ ਉਸਨੇ ਸੀਤ ਆਪਣੀ ਕੀਤੀ ਆ, ਇਹ ਸਾਡਾ ਕਲਚਰ, ਇਹ ਸਾਡਾ ਇਤਿਹਾਸ ਆ ਜਿਹੜਾ ਅਸੀਂ ਵਿਸਰ ਚੁੱਕੇ ਹਾਂ, ਜਿਹੜਾ ਅਸੀਂ ਗਦਰੀ ਬਾਬਿਆਂ ਨੂੰ ਭੁਲਾ ਚੁੱਕੇ ਹਾਂ, ਭਗਤ ਸਰਾਭਿਆਂ ਨੂੰ ਭੁਲਾ ਚੁੱਕੇ ਹਾਂ। ਕਲਚਰ ਦੀ ਗੱਲ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਆਪਣੇ ਉਸ ਮਹਾਨ ਵਿਰਸੇ ਨੂੰ ਯਾਦ ਕਰਕੇ ਵੀ ਤਾਂ ਹੀ ਅਸੀਂ ਅੱਗੇ ਵੱਧ ਸਕਾਂਗੇ। ਅਦਰਵਾਈਜ਼ ਜਿਹੜਾ ਕੈਪੀਟਲਿਜ਼ਮ ਹੈਗਾ ਵਾ, ਜਿਹੜਾ ਸਰਮਾਏਦਾਰੀ ਢਾਂਚਾ ਹੈ, ਉਹਨੇ ਪੂਰੀ ਦੁਨੀਆ ਨੂੰ ਖਾ ਕੇ ਜਾਣਾ, ਇਕੱਲੇ ਹਿੰਦੁਸਤਾਨ ਦੀ ਗੱਲ ਨਹੀਂ ਹੈ, ਪੂਰੀ ਦੁਨੀਆ ਦੀ ਗੱਲ ਹੈ। ਔਰ ਮੈਂ ਫਿਲਮ ਦੇਖਣ ਤੋਂ ਬਾਅਦ ਤੁਹਾਡੇ ਵਡਮੁੱਲੇ ਵਿਚਾਰ ਮੈਂ ਧੰਨਵਾਦ ਕਰਨਾ ਚਾਹਾਂਗਾ ਅਵਤਾਰ ਬਾਈ ਜੀ ਦਾ, ਪਰਮਿੰਦਰ ਭੈਣ ਜੀ ਉਹਨਾਂ ਦਾ, ਸਾਰੇ ਜਿੰਨੇ ਵੀ ਸਾਥੀ ਇੱਥੇ ਬੈਠੇ ਆ, ਜਿਹੜੇ ਵੀ ਆਏ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਫਿਲਮ ਦੇਖਣ ਤੋਂ ਬਾਅਦ ਤੁਹਾਡੇ ਵਡਮੁੱਲੇ ਵਿਚਾਰਾਂ ਦੀ ਜ਼ਰੂਰ ਅਸੀਂ ਕਦਰ ਕਰਾਂਗੇ ਔਰ ਚਾਹਾਂਗੇ ਵੀ, ਅਸੀਂ ਆਸ਼ਾਵਾਦੀ ਹਾਂ। ਮੈਂ ਇਸ ਸੁਨੇਹੇ ਦੇ ਨਾਲ ਆਪਣੀ ਗੱਲ ਖਤਮ ਕਰਾਂ ਕਿ ਰਾਤ ਨੇ ਭਾਵੇਂ ਕਸਾਈਆਂ ਦੀ ਕਰੀ ਹੈ ਰੀਸ ਹੋ, ਉਹ ਕੀ ਜਾਣੇ ਤਲੀਆਂ 'ਤੇ ਵੀ ਉਗ ਖਲੋਂਦੇ ਸੀਸ ਹੋ, ਵਰਮੀਆਂ 'ਤੇ ਵਾਸ ਜਿਸਦਾ ਨਾਗ ਤੋਂ ਉਹ ਡਰਿਆ ਨਹੀਂ, ਉਹ ਕਿਰਨਾਂ ਦੇ ਕਾਤਲੋ, ਸੂਰਜ ਕਦੇ ਮਰਿਆ ਨਹੀਂ, ਸੂਰਜ ਕਦੇ ਮਰਿਆ ਨਹੀਂ। ਥੈਂਕ ਯੂ। ਜੇ ਪੀਰ ਮਿਲਿਆ ਪੀੜ ਨਾ ਜਾਵੇ, ਉਹਨੂੰ ਪੀਰ ਕੀ ਧਰਨਾ, ਮੁਰਸ਼ਦ ਮਿਲਿਆ ਇਰਸ਼ਾਦ ਨਾ ਮਨ ਨੂੰ, ਉਹਨੂੰ ਮੁਰਸ਼ਦ ਕੀ ਕਰਨਾ ਹੂੰ। ਜੇ ਸਿਰ ਦਿੱਤਿਆਂ ਹੱਕ ਹਾਸਿਲ ਹੋਵੇ, ਮੌਤੋਂ ਮੂਲ ਨਾ ਡਰਨਾ, ਹਾਂ ਬਈ ਬੀਬੀਓ।
ਕੱਟ ਕੀਤਾ ਹੈ ਕੀ ਕਰਦੇ ਹੋ ਅਸੀਂ ਨਸ਼ੇ ਵਾਲਿਆਂ ਦੇ ਖਿਲਾਫ ਪਹਿਰਾ ਲਾਇਆ ਹੋਇਆ ਪਹਿਰਾ ਲਾਇਆ ਹੋਇਆ ਉਹ ਪਹਿਰੇ ਲਾਣਾ ਤੁਹਾਡਾ ਕੰਮ ਨਹੀਂ ਸਾਡਾ ਕੰਮ ਹੈ ਚਲੋ ਜਾਓ ਘਰਾਂ ਨੂੰ ਜੇ ਤੁਸੀਂ ਆਪਣਾ ਕੰਮ ਢੰਗ ਨਾਲ ਕੀਤਾ ਹੁੰਦਾ ਨਾ ਤਾਂ ਸਾਨੂੰ ਇਹ ਕੰਮ ਨਹੀਂ ਸੀ ਕਰਨਾ ਪੈਣਾ ਜਾਓ ਆਪਣਾ ਕੰਮ ਕਰੋ ਤੇ ਸਾਨੂੰ ਆਪਣਾ ਕੰਮ ਕਰਨ ਦਿਓ ਜਾਗਦੇ ਰਹੋ ਜਾਗਦੇ ਰਹੋ ਜੇ ਤੁਸੀਂ ਚਾਹੁੰਦੇ ਆ ਕਿ ਇਹ ਪਰਿਵਰਤਨ ਹੋਣਾ ਚਾਹੀਦਾ ਇਹ ਫਰਕ ਮਿਟਣਾ ਚਾਹੀਦਾ ਤਾਂ ਲਾਜ਼ਮੀ ਤੌਰ ਤੇ ਜਾਤ ਪਾਤ ਦਾ ਖਾਤਮਾ ਹੋਣਾ ਚਾਹੀਦਾ ਊਚ ਨੀਚ ਦਾ ਖਾਤਮਾ ਹੋਣਾ ਚਾਹੀਦਾ ਇਨਸਾਨੀਅਤ ਆਉਣੀ ਚਾਹੀਦੀ ਦੇ ਅੰਦਰ ਇੱਕ ਸਿਸਟਮ ਦੀ ਗੱਲ ਜਿਹੜਾ ਹਜ਼ਾਰਾਂ ਸਾਲਾਂ ਤੋਂ ਸਿਸਟਮ ਚੱਲਿਆ ਹੁੰਦਾ ਉਹਦੀ ਗੱਲ ਹੈ ਇਹ ਨਾ ਜਮਾਤ ਦੀ ਹੈ ਨਾ ਸਰਦਾਰ ਦੀ ਜੇ ਉਹੀ ਸਿਸਟਮ ਭਾਰਤ ਦੇ ਵਿੱਚ ਚੱਲਦਾ ਰਹੇਗਾ ਤਾਂ ਇਹੀ ਕੁਛ ਰਹੇਗਾ ਇਹ ਬਦਲੇਗਾ ਨਹੀਂ ਕਿਉਂਕਿ ਭਾਰਤ ਦਾ ਸਿਸਟਮ ਹੈ ਜਾਤ ਪਾਤ ਊਚ ਨੀਚ ਛੂਆਛਾਤ ਸਮਾਜਿਕ ਆਰਥਿਕ ਰਾਜਨੀਤਿਕ ਧਾਰਮਿਕ ਗੈਰ ਬਰਾਬਰੀ ਉਸ ਗੈਰ ਬਰਾਬਰੀ 'ਤੇ ਭਾਰਤ ਦਾ ਸਿਸਟਮ ਖੜ੍ਹਾ ਹਜ਼ਾਰਾਂ ਸਾਲਾਂ ਦਾ ਖੜ੍ਹਾ ਜੇ ਉਹ ਸਿਸਟਮ ਨਹੀਂ ਬਦਲਦਾ ਤਾਂ ਇਹ ਕਹਾਣੀ ਨਹੀਂ ਬਦਲਦੀ ਆਪਣੇ ਕੋਲ ਟਾਈਮ ਥੋੜ੍ਹਾ ਆ ਅਤੇ ਇਸ ਕਰਕੇ ਮੈਂ ਫਿਲਮ ਬਾਰੇ ਬੋਲਣਾ ਨਹੀਂ ਕਿਉਂਕਿ ਫਿਲਮ ਬਾਰੇ ਤੁਸੀਂ ਤੁਹਾਡੇ ਸਾਰਿਆਂ ਦੀ ਉਸ ਕਿਸਮ ਦੀ ਫਿਲਮ ਹੈ ਇਹ ਬਹੁਤ ਚੰਗੀ ਗੱਲ ਹੈ ਕਿ ਜਿਹੜੇ ਆਪਣੇ ਅੰਕਲ ਜੀ ਆਏ ਸੀ ਉਹ ਬੋਲੇ ਆ ਇੱਥੇ ਗੱਲਾਂ ਕਰ ਰਹੇ ਆ ਕਿਉਂਕਿ ਇਹ ਫਿਲਮ ਦਾ ਮਕਸਦ ਆ ਕਿ ਡਿਸਕਸ਼ਨ ਤੋੜਨੀ ਪਰ ਜਿਹੜੀ ਮੈਂ ਗੱਲ ਕਰਨੀ ਆ ਕਿਉਂਕਿ ਮੈਨੂੰ ਲੱਗਦਾ ਟਾਈਮ ਥੋੜ੍ਹਾ ਹੋਣ ਕਰਕੇ ਉਹ ਗੱਲ ਉਹ ਇਹ ਹੈਗੀ ਆ ਵੀ ਜਿਹੜਾ ਇਹਨਾਂ ਦਾ ਜਿਸ ਢੰਗ ਦੇ ਨਾਲ ਇਹ ਫਿਲਮ ਨੂੰ ਬਣਾਇਆ ਇਹਨਾਂ ਨੇ ਤਾਂ ਜਿਸ ਢੰਗ ਦੇ ਨਾਲ ਇਹ ਲੋਕਾਂ ਤੱਕ ਲੈ ਕੇ ਜਾ ਰਹੇ ਆ ਮੈਂ ਅੱਜ ਉਹ ਗੱਲ ਦੇ ਉੱਤੇ ਮੈਂ ਥੋੜ੍ਹਾ ਜ਼ੋਰ ਦੇਣਾ ਚਾਹੁੰਦਾ ਉਹ ਬਹੁਤ ਇੰਪੋਰਟੈਂਟ ਆ ਕਿ ਤੁਸੀਂ ਸਿਨੇਮੇ ਨੂੰ ਲੋਕਾਂ ਦੇ ਤੱਕ ਲੈ ਕੇ ਜਾਓ ਅਤੇ ਉੱਥੇ ਪਰ ਉਹਦੇ ਲਈ ਇੱਕ ਜਿਹੜੀ ਜ਼ਰੂਰੀ ਗੱਲ ਹੈਗੀ ਆ ਉਹ ਇਹ ਹੈਗੀ ਆ ਵੀ ਇਹਨਾਂ ਨੇ ਫੰਡਿੰਗ ਕਿੱਦਾਂ ਕਰਨੀ ਆ ਉਹ ਵੱਡਾ ਉਹ ਮਸਲਾ ਆ ਤਾਂ ਉਹ ਫੰਡਿੰਗ ਜਿਹੜੀ ਆ ਜਿੰਨੀ ਕੁ ਮੈਨੂੰ ਸਮਝ ਇਹਨਾਂ ਦੇ ਥੀਏਟਰ ਦੇ ਮੈਂ ਆਪਣਾ ਐੱਮ ਏ ਦਾ ਥੀਸਿਸ ਲਿਖਿਆ ਸੀ ਤਾਂ ਮੈਂ ਇਹਨਾਂ ਦੇ ਨਾਲ ਪਿੰਡ ਪਿੰਡ ਜਾ ਕੇ ਇਹਨਾਂ ਦਾ ਥੀਏਟਰ ਦੇਖਿਆ ਸੀ ਤਾਂ ਉਹਦੇ ਵਿੱਚ ਇਹਨਾਂ ਬਾਰੇ ਵੀ ਲਿਖਿਆ ਸੋ ਉਹ ਜਿਹੜਾ ਮਾਡਲ ਹੈ ਉਹ ਥੀਏਟਰ ਦਾ ਅਪਣਾ ਰਿਹਾ ਵੀ ਲੋਕਾਂ ਤੱਕ ਲੈ ਕੇ ਫਿਲਮ ਜਾ ਰਿਹਾ ਅਤੇ ਉਸ ਥੀਏਟਰ ਨੂੰ ਪੰਜਾਬ ਦੇ ਨੂੰ ਕਿੱਦਾਂ ਲੋਕ ਕੀ ਕਰਦੇ ਆ ਮੇਨਟੇਨ ਉਹ ਇਸ ਢੰਗ ਨਾਲ ਕਰ ਰਿਹਾ ਕਿ ਲੋਕ ਜਾਂ ਜਿਹੜੇ ਬੰਦੇ ਕਰਾਉਣ ਵਾਲੇ ਉਹ ਪੈਸਾ ਇਕੱਠਾ ਕਰਦੇ ਆ ਤਾਂ ਉਹਨਾਂ ਨੂੰ ਜਿਹੜੀ ਮੈਂ ਗੱਲ ਕਰਦੀ ਹਾਂ ਮੇਰੇ ਕੋਲ ਜੇਬ ਜਾ ਜਿੰਨੇ ਕੁ ਪੈਸੇ ਆ ਮੈਂ ਇੱਥੇ ਇਹਨਾਂ ਨੂੰ ਡੋਨੇਸ਼ਨ ਦੇ ਰਿਹਾ ਐਸੋਸੀਏਸ਼ਨ ਵੱਲੋਂ ਸਾਡੇ ਅਲੂਮਨੀ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੇ ਅਨਾਊਂਸਮੈਂਟ ਕਰਨੀ ਸੀ ਜੀ ਸੰਧੂ ਹੋਣਾ 500 ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਬਹੁਤ ਬਹੁਤ ਧੰਨਵਾਦ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਦੇ ਵੱਲੋਂ ਤੁਹਾਡਾ ਜਿਹੜਾ ਮੈਸੇਜ ਹੈਗਾ ਅਸੀਂ ਇਸ ਕਰਦੇ ਹਾਂ ਐਪਰੀਸ਼ੀਏਟ ਕਰਦੇ ਹਾਂ ਕਿ ਤੁਸੀਂ ਇਹ ਮੈਸੇਜ ਨੂੰ ਦੁਨੀਆ ਤੱਕ ਲੈ ਕੇ ਲੋਕਾਂ ਤੱਕ ਜਾ ਰਹੇ ਹਾਂ ਸਾਡੇ ਵੱਲੋਂ ਵੀ $500 ਜਿੱਥੇ ਸਾਰਿਆਂ ਦਾ ਬਹੁਤ ਬਹੁਤ ਰਿਣੀ ਆ ਧੰਨਵਾਦੀ ਹਾਂ ਉੱਥੇ ਮੈਂ ਇੱਕ ਵਾਰ ਫਿਰ ਬਿਨਾਂ ਕਿਸੇ ਫਾਰਮੈਲਿਟੀ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਅਤੇ ਚੇਤਨਾ ਐਸੋਸੀਏਸ਼ਨ ਕੈਨੇਡਾ ਇਹਨਾਂ ਦੋਨਾਂ ਸੰਸਥਾਵਾਂ ਦਾ ਬਹੁਤ ਬਹੁਤ ਰਿਣੀ ਆ ਖਾਸ ਕਰਕੇ ਮੈਂ ਹਰਦੇਵ ਜੀ ਹੋਣਾ ਦਾ ਕਿਉਂਕਿ ਮੈਂ ਤਾਂ ਉਹਨਾਂ ਦੇ ਰਾਹੀਂ ਤੁਹਾਡੇ ਤੱਕ ਪਹੁੰਚਿਆ ਜਿਹਨਾਂ ਨੇ ਇੰਨਾ ਕੀਤਾ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਖਾਸ ਕਰਕੇ ਤੁਹਾਡਾ ਵੀ ਅਸੀਂ ਫਿਰ ਕਿਤੇ ਮੌਕਾ ਮਿਲਿਆ ਤਾਂ ਜਾਂ ਆਉਣ ਵਾਲੇ ਸਮੇਂ 4 ਫਿਲਮ ਜਿਹੜਾ ਪੋਸਟਰ ਰਿਲੀਜ਼ ਕੀਤਾ ਇਹ ਵੀ ਸੇਮ ਇਸੇ ਤਰ੍ਹਾਂ ਦੀ ਫਿਲਮ ਹੈ ਇਹ ਵੀ ਕਿਤੇ ਆਪਾਂ ਸਾਂਝੀ ਕਰਾਂਗੇ ਥੈਂਕ ਯੂ ਮੈਂ ਪ੍ਰੋਗਰਾਮ ਦੇਖ ਕੇ ਬਹੁਤ ਖੁਸ਼ ਹੋਈ ਹਾਂ ਇੱਦਾਂ ਦੇ ਪ੍ਰੋਗਰਾਮ ਰੇਕ ਜਗ੍ਹਾ 'ਤੇ ਆਉਣੇ ਚਾਹੀਦੇ ਆ ਜਿਹੜੀ ਦੁਨੀਆਂ ਨੂੰ ਦੱਬਿਆ ਆ ਉਹਨਾਂ ਨੂੰ ਕੁਛ ਸੁਰਤ ਆਵੇ ਤਾਂ ਤਾਂ ਨੂੰ ਉੱਠਣ ਕਿਉਂ ਜਾਤ ਪਾਤ ਦਾ ਖਤਮਾ ਤਾਂ ਹੀ ਹੋਣਾ ਜੇ ਸਾਰੇ ਇਕੱਠੇ ਹੋਣਗੇ ਤਾਂ ਨਹੀਂ ਤਾਂ ਜਾਤ ਪਾਤ ਦੇ ਨਾਲ ਲੜਾਈਆਂ ਰਹਿਣੀਆਂ ਝਗੜੇ ਹੋਣੇ ਆ ਫਿਰ ਗੁਰੂਆਂ ਨੂੰ ਤਾਂ ਆਪਾਂ ਸਾਰਿਆਂ ਨੂੰ ਮੰਨਦੇ ਹਾਂ ਗੁਰਦੁਆਰੇ ਵੀ ਬਣਾਉਂਦੇ ਹਾਂ ਪਰ ਉਹਨਾਂ ਗੁਰੂਆਂ ਦੇ ਆਪਾਂ ਬੋਲੀਆਂ 'ਤੇ ਚੱਲਦੇ ਥੱਲੇ ਦੀ ਮਾਤ ਸਭ ਤੋਂ ਥੱਲੇ ਦਾ ਤਬਕਾ ਹੈ ਉਹਦੀ ਜੋ ਦਸ਼ਾ ਆ ਉਹਨੂੰ ਪੇਸ਼ ਕਰਦੀ ਹੈ ਔਰ ਉਹਦੇ ਸਮਾਧਾਨ ਕਿਵੇਂ ਹੋਣਾ ਜਿਹੜਾ ਸਮਾਧਾਨ ਬਗੈਰ ਤਬਦੀਲੀ ਤਾਂ ਹੋ ਨਹੀਂ ਸਕਦਾ ਉਹਨੂੰ ਮਤਲਬ ਉਹਨੂੰ ਪੇਸ਼ ਕੀਤਾ ਬਹੁਤ ਵਧੀਆ ਮਤਲਬ ਤਰੀਕੇ ਨਾਲ ਪੇਸ਼ ਕੀਤਾ ਔਰ ਇਹ ਲੋਕਾਂ ਦੇ ਦਿਲਾਂ ਦੇ ਵਿੱਚ ਲੋਕਾਂ ਨੂੰ ਮਤਲਬ ਜਿੰਨਾ ਚਿਰ ਤੱਕ ਲੋਕ ਐਜੂਕੇਟ ਨਹੀਂ ਹੁੰਦੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਵਹਿੰਦੀ ਨਹੀਂ ਗੱਲ ਲੋਕ ਚੇਤਨ ਨਹੀਂ ਹੁੰਦੇ ਉਹਨਾਂ ਚਿਰ ਤੱਕ ਤਬਦੀਲੀ ਨਹੀਂ ਹੋ ਸਕਦੀ ਇਹ ਚੇਤਨ ਦਾ ਇੱਕ ਬਹੁਤ ਵੱਡਾ ਹੱਲਾ ਹੈ
ਚੰਮ ਦੇਖੀ ਹੈ। ਇਹ ਭਾਰਤ ਦੇ ਵਿੱਚ ਜਿਹੜਾ ਸਿਸਟਮ ਚੱਲ ਰਿਹਾ ਜਾਤ ਪਾਤ ਦਾ, ਉਸ ਦੇ ਆਧਾਰ 'ਤੇ ਹੈ ਕਿ ਜਿਹੜੀ ਜਾਤ ਜਿਸ ਸਮਾਜ ਦੇ ਵਿੱਚ ਇਨਸਾਨ ਪੈਦਾ ਹੁੰਦਾ ਉਹ ਉਹਦੇ ਵਿੱਚ ਹੀ ਮਰ ਜਾਂਦਾ। ਜੇ ਉਹ ਚਮਾਰ ਹੈ ਤਾਂ ਚਮਾਰ ਦੇ ਕੰਮ ਦੇ ਵਿੱਚ ਹੀ ਮਰ ਜਾਂਦਾ। ਸਾਨੂੰ ਇਸ ਸਿਸਟਮ ਨੂੰ ਬਦਲਣੇ ਦੀ ਲੋੜ ਹੈ। ਜਦ ਤੱਕ ਅਸੀਂ ਜਾਤ ਨੂੰ ਜਮਾਤ ਵਿੱਚ ਨਹੀਂ ਬਦਲਦੇ, ਇਹ ਸਿਸਟਮ ਭਾਰਤ ਦੇ ਵਿੱਚੋਂ ਖਤਮ ਨਹੀਂ ਹੋ ਸਕਦਾ। ਸਾਨੂੰ ਸਾਰਿਆਂ ਨੂੰ, ਇਨਸਾਨੀਅਤ ਪ੍ਰੇਮੀਆਂ ਨੂੰ ਇਹ ਚਾਹੀਦਾ ਕਿ ਇਸ ਸਿਸਟਮ ਦੇ ਖਿਲਾਫ ਖੜੀਏ। ਇਸ ਸਿਸਟਮ ਦਾ ਨਾਂ ਹੈ ਬ੍ਰਾਹਮਣਵਾਦ। ਜਦ ਤੱਕ ਅਸੀਂ ਬ੍ਰਾਹਮਣਵਾਦ ਦੇ ਖਿਲਾਫ ਨਹੀਂ ਗੱਲ ਕਰਦੇ ਤਦ ਤੱਕ ਇਹ ਸਿਸਟਮ ਖਤਮ ਹੋਣ ਵਾਲਾ ਨਹੀਂ। ਧੰਨਵਾਦ। ਫਿਲਮ ਜਿਹੜੀ ਚੰਮ ਹੈ ਉਹਦੀ ਉਹ ਕਾਫੀ ਵਧੀਆ, ਕੁਆਲਿਟੀ ਪੱਖੋਂ ਵੀ, ਵਿਸ਼ੇ ਪੱਖੋਂ ਵੀ, ਅਤੇ ਕਲਾਕਾਰਾਂ ਦੇ ਕੰਮ ਵੱਲੋਂ ਵੀ। ਕਿਉਂਕਿ ਉਹ ਜਿਹੜੀ ਫਿਲਮ ਆ ਉਹ ਬੇਸ਼ੱਕ ਇੱਕ ਜਿਹੜਾ ਦਲਿਤ ਪਰਿਵਾਰ ਆ ਉਹਦੇ 'ਤੇ ਕੇਂਦਰਿਤ ਆ, ਪਰ ਉਹਦੇ ਨਾਲ ਨਾਲ ਜਿਹੜਾ ਸਮੁੱਚਾ ਸਿਸਟਮ ਆ ਉਹ ਜਿਹੜੇ ਵੱਖ ਵੱਖ ਓਪਰੈਸ਼ਨ ਦੇ ਜਿਹੜੇ ਹੈਗੇ ਆ ਉਹਨਾਂ 'ਤੇ ਉਹ ਕਰਦੀ ਆ। ਜਿਵੇਂ ਮੈਡੀਕਲ ਸਿਸਟਮ, ਜਿਹੜਾ ਛੋਟਾ ਕਿਸਾਨ ਆ ਉਹਦੀ ਹਾਲਤ, ਸੋ ਜਿਹੜੀ ਉਹ ਸਮੁੱਚੀ ਜ਼ਿੰਦਗੀ ਦੇ ਜਿਸ ਢੰਗ ਦੇ ਨਾਲ ਉਹ ਜਿਹੜੇ ਜਿਹੜਾ ਬੰਦਾ ਜਿਹਦੇ 'ਤੇ ਰਗੜਿਆ ਜਾਂਦਾ ਆ ਜ਼ਿੰਦਗੀ ਦੇ ਵਿੱਚ ਉਹ ਕਿਵੇਂ ਕਰਦੀ ਆ, ਉਹਨਾਂ ਚੀਜ਼ਾਂ ਨੂੰ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਕੀਤਾ। ਨਾਲ ਦੀ ਨਾਲ ਉਹਨਾਂ ਨੇ ਇੱਕ ਸਲਿਊਸ਼ਨ ਦੇਣ ਦੀ ਗੱਲ ਕੀਤੀ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਬਾਰੇ ਡਿਸਕਸ਼ਨ ਛੇਣ ਦੇ ਲਈ ਜਿਹੜੀ ਫਿਲਮ ਆ ਉਹ ਬਹੁਤ ਵਧੀਆ ਹੈ। ਇਸ ਕਰਕੇ ਜਾਣ ਕੇ ਬਹੁਤ ਵਧੀਆ ਫਿਲਮ ਦੇਖਣੀ ਚਾਹੀਦੀ ਸਾਰਿਆਂ ਨੂੰ। ਥੈਂਕ ਯੂ। ਅੱਜ ਫਿਲਮ ਦੇਖੀ ਜੀ ਚੰਮ, ਬੜੀ ਵਧੀਆ ਫਿਲਮ ਲੱਗੀ। ਦਲਿਤ ਪਰਿਵਾਰ ਦੀ ਜਿਹੜੀ ਕਹਾਣੀ ਵਿੱਚ ਦੱਸੀ ਗਈ ਆ ਉਹ ਬਿਲਕੁਲ ਜੋ ਸਮਾਜ ਦੇ ਵਿੱਚ ਵਿਚਰ ਰਿਹਾ ਉਹਨੂੰ ਬਿਲਕੁਲ ਉਹਨਾਂ ਨੇ ਚਿਤਰਿਤ ਕੀਤਾ ਹੈਗਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਪੀ ਕੇ ਸਿੰਘ। ਅਸੀਂ ਜੋ ਫਿਲਮ ਦੇਖੀ ਜਿਸ ਨੂੰ ਆਪਾਂ ਲੋਕਾਂ ਦੀ ਕਲਾ, ਸਾਡੀ ਕਲਾ, ਆਮ ਜਨਤਾ ਦੀ ਕਲਾ ਔਰ ਆਮ ਜਨਤਾ ਦੇ ਦੁੱਖ ਦਰਦ ਦੀ ਗੱਲ, ਇਹ ਹੁੰਦੀਆਂ ਨੇ ਫਿਲਮਾਂ ਅੱਛੀਆਂ। ਬੇਸ਼ੱਕ ਆਮ ਤੌਰ 'ਤੇ ਕਮਰਸ਼ੀਅਲ ਫਿਲਮਾਂ ਦੇ ਨਾਲ ਲੇਬਲ ਆਤਾ ਜਾਈਏ ਆਰਟ ਫਿਲਮ, ਆਰਟ ਕੁਛ ਨਹੀਂ, ਆਰਟ ਸਾਰੀ ਚੀਜ਼ ਦੁਨੀਆ ਹੀ ਆਰਟ। ਲੇਕਿਨ ਜਦ ਅਸੀਂ ਮਨੁੱਖਤਾ ਦੀ ਗੱਲ ਕਰਦੇ ਹਾਂ, ਇਨਸਾਨੀਅਤ ਦੀ ਗੱਲ ਕਰਦੇ ਹਾਂ, ਬਰਾਬਰਤਾ ਦੀ ਗੱਲ ਕਰਦੇ ਹਾਂ, ਇਹੋ ਜਿਹੇ ਵਿਸ਼ੇ ਔਖੇ ਹੁੰਦੇ ਆ ਔਰ ਇਹ ਕਰਨ ਵਾਲੇ ਲੋਕ ਵੀ ਪਰਮਾਤਮਾ ਵੱਲੋਂ ਜਾਂ ਕੁਦਰਤ ਵੱਲੋਂ ਥੋੜ੍ਹੇ ਹੁੰਦੇ ਆ ਪਰ ਹੁੰਦੇ ਵੀ ਹੁੰਦੇ ਆ। ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ। ਇਹੋ ਜਿਹੀਆਂ ਫਿਲਮਾਂ ਦਾ ਜੋ ਅਸਰ ਹੈ ਬਹੁਤ ਵਧੀਆ ਹੁੰਦਾ, ਪੋਜ਼ੀਟਿਵ ਹੁੰਦਾ ਔਰ ਚੰਗੇ ਸਮਾਜ ਨੂੰ ਕ੍ਰੀਏਟ ਕਰਨ ਵਾਲਾ ਹੁੰਦਾ। ਜਿਹੜੀ ਨਾ ਬਰਾਬਰਤਾ, ਜਿਹੜੀ ਨਫ਼ਰਤ ਦੀ ਰਾਜਨੀਤੀ, ਜਿਹੜੀ ਲੋਕਾਂ ਨੂੰ ਵੰਡਣ ਵਾਲੀਆਂ ਰਾਜਨੀਤੀਆਂ ਨੇ, ਉਹਨਾਂ ਨਾਲ ਹਮੇਸ਼ਾ ਡਿਸਟਰਕਟਿਵ ਗੱਲਾਂ ਹੀ ਹੁੰਦੀਆਂ ਨੇ, ਪ੍ਰੋਡਕਟਿਵ ਗੱਲਾਂ ਨਹੀਂ ਹੁੰਦੀਆਂ। ਇਸ ਫਿਲਮ ਨੂੰ ਦੇਖ ਕੇ ਬਹੁਤ ਅੱਛਾ ਲੱਗਿਆ। ਜੀ ਭਾਅ ਜੀ, ਤੁਹਾਨੂੰ ਮੁਬਾਰਕਾਂ, ਤੁਹਾਨੂੰ ਮੁਬਾਰਕਾਂ, ਤੁਹਾਡੇ ਸਾਰੇ ਕਲਾਕਾਰਾਂ ਨੂੰ ਮੁਬਾਰਕਾਂ ਔਰ ਬਹੁਤ ਵਧੀਆ ਤੁਸੀਂ ਕੰਮ ਕੀਤਾ ਹੈ। ਮੇਰੇ ਵੱਲੋਂ ਤੁਹਾਨੂੰ ਬਹੁਤ ਸਪੋਰਟ, ਤੁਹਾਨੂੰ ਮੇਰੇ ਵੱਲੋਂ ਹਰ ਤਰ੍ਹਾਂ ਦੀ ਸਪੋਰਟ, ਤੁਹਾਨੂੰ ਜਦ ਵੀ ਤੁਹਾਡੇ ਲੋੜ ਹੋਵੇ ਮੈਂ ਹਾਜ਼ਰ ਹਾਂ। ਔਰ ਮੈਂ ਇਹੋ ਜਿਹੀਆਂ ਫਿਲਮਾਂ ਦੇਖਣ ਦਾ ਇੱਛੁਕ ਹਾਂ, ਕਰਨ ਦਾ ਵੀ ਇੱਛੁਕ ਹਾਂ ਔਰ ਆਡੀਅੰਸ ਨੂੰ ਵੀ ਕਹਾਂਗਾ ਕਿ ਇਹੋ ਜਿਹੀਆਂ ਫਿਲਮਾਂ ਦੇਖਿਓ, ਸਮਝੋ, ਵਿਚਾਰੋ ਔਰ ਆਪਣੀ ਜ਼ਿੰਦਗੀ ਦੇਖੋ ਵੀ ਜ਼ਿੰਦਗੀ ਕਿੰਨਾ ਚਿਰ ਹੈ, ਅਸੀਂ ਕਿੰਨੇ ਚਲੇ ਜਾਣਾ। ਬਹੁਤ ਕੀਤਾ ਫਿਲਮ ਅਸੀਂ ਦੇਖਣ ਤੋਂ ਪਹਿਲਾਂ ਕਈ ਗੱਲਾਂ ਕੀਤੀਆਂ ਸੁਰਿੰਦਰ ਸ਼ਰਮਾ ਨੇ, ਜਿਹੜਾ ਨੇ ਲੀਡ ਰੋਲ ਪਲੇ ਕੀਤਾ ਇਸ ਮੂਵੀ ਦੇ ਵਿੱਚ, ਅਤੇ ਉਦੋਂ ਇਹ ਗੱਲ ਹੋਈ ਸੀ ਕਿ ਬਹੁਤ ਸਾਰੇ ਸਵਾਲ ਖੜ੍ਹੇ ਹੋਣਗੇ। ਅਸਲ ਦੇ ਵਿੱਚ ਫਿਲਮ ਦੇਖਣ ਤੋਂ ਬਾਅਦ ਬੇਸ਼ੱਕ ਸਵਾਲ ਖੜ੍ਹੇ ਹੋਣ ਦੀ ਜਿਹੜੀ ਗੱਲ ਇਹ ਸੱਚ ਹੈ, ਪਰ ਜਵਾਬ ਵੀ ਸਾਡੇ ਸਾਰਿਆਂ ਕੋਲ ਹੈਗੇ। ਇਹ ਇੱਕ ਇਹੋ ਜਿਹਾ ਵਿਸ਼ਾ ਜਿਹੜਾ ਇਹਨਾਂ ਨੇ ਚੁੱਕਿਆ, ਯਕੀਨਨ ਤੌਰ ਦੇ ਉੱਤੇ ਆਮ ਕੋਈ ਫਿਲਮ ਡਾਇਰੈਕਟਰ ਜਾਂ ਪ੍ਰੋਡਿਊਸਰ ਇਹੋ ਜਿਹੇ ਵਿਸ਼ੇ ਨੂੰ ਹੱਥ ਨਹੀਂ ਪਾਉਂਦਾ। ਸਭ ਤੋਂ ਜਿਹੜੀ ਮਜ਼ੇਦਾਰ ਗੱਲ ਇਹ ਹੈ ਕਿ ਜੋ ਰੀਅਲ ਸਿਚੁਏਸ਼ਨਸ ਦੇ ਵਿੱਚ ਇਹਨਾਂ ਨੇ ਇਸ ਮੂਵੀ ਨੂੰ ਸ਼ੂਟ ਕੀਤਾ, ਇਹ ਵੀ ਇੱਕ ਪੰਜਾਬੀ ਫਿਲਮ ਇੰਡਸਟਰੀ ਆਪਾਂ ਕਹਿ ਰਹੇ ਹਾਂ ਕਿ ਬਹੁਤ ਉੱਪਰ ਜਾ ਰਹੀ ਹੈ, ਪਰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇਹੋ ਜਿਹਾ ਹਾਲੇ ਤੱਕ ਕੁਝ ਨਹੀਂ ਸੀ ਹੋਇਆ। ਮੈਨੂੰ ਬੜੀ ਖੁਸ਼ੀ ਹੈ ਔਰ ਮਾਣ ਹੈ ਕਿ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਮੈਸੇਜ ਭਰਪੂਰ ਫਿਲਮਾਂ ਨੇ ਉਹ ਇਸ ਢੰਗ ਦੇ ਨਾਲ, ਇੱਕ ਨਵੇਂ ਅੰਦਾਜ਼ ਦੇ ਨਾਲ ਇਹ ਦਿਖਾ ਰਹੇ ਨੇ। ਖੁਦ ਆਡੀਅੰਸ ਤੱਕ ਪਹੁੰਚ ਕਰਨਾ, ਜਿਵੇਂ ਕਿਹਾ ਜਾਂਦਾ ਕਿ ਥੀਏਟਰ ਦਾ ਲੋਕਾਂ ਦੇ ਨਾਲ ਸਿੱਧਾ ਰਾਬਤਾ ਹੁੰਦਾ, ਪਰ ਇਹ ਸਕਰੀਨ ਦਾ ਲੋਕਾਂ ਦੇ ਨਾਲ ਕਿਸ ਤਰ੍ਹਾਂ ਸਿੱਧਾ ਰਾਬਤਾ ਬਣ ਸਕਦਾ, ਬਿਲਕੁਲ ਇਸੇ ਤਰ੍ਹਾਂ ਖੁਦ ਜਾ ਕੇ ਜਦੋਂ ਤੁਸੀਂ ਮੂਵੀ ਨੂੰ ਆਡੀਅੰਸ ਦੇ ਵਿੱਚ ਲੈ ਕੇ ਜਾਂਦੇ ਹੋ, ਉਸ ਵੇਲੇ ਬਿਲਕੁਲ ਉਹੀ ਚੀਜ਼ ਹੁੰਦੀ ਹੈ ਜਿਵੇਂ ਤੁਸੀਂ ਥੀਏਟਰ ਦੇ ਵਿੱਚ ਨਾਟਕ ਕਰ ਰਹੇ ਹੋ। ਤੁਸੀਂ ਕਹਿ ਰਹੇ ਹੋ ਕਿ ਆਡੀਅੰਸ ਦਾ ਸਾਨੂੰ ਜਿਹੜਾ ਹੁੰਗਾਰਾ ਨਾਲੋਂ ਨਾਲ ਮਿਲਦਾ, ਅਤੇ ਇਹੋ ਜਿਹੀਆਂ ਮੂਵੀਜ਼ ਦੇ ਵਿੱਚ ਵੀ ਆਡੀਅੰਸ ਦਾ ਹੁੰਗਾਰਾ ਨਾਲੋਂ ਨਾਲ ਮਿਲਦਾ ਅਤੇ ਦੇਰ ਤੱਕ ਉਹਦਾ ਅਸਰ ਰਹਿੰਦਾ। ਸਿਰਫ ਇਹਨਾਂ ਨਹੀਂ, ਅਸਰ ਦੀ ਗੱਲ ਨਹੀਂ ਹੈ, ਚੇਂਜ ਦਾ ਜੇ ਸਿਰਫ ਸੁਨੇਹਾ ਹੈ ਉਹ ਅਸਲ ਦੇ ਵਿੱਚ ਇੱਕ ਆਸ ਵੀ ਵੱਜਦੀ ਹੈ ਕਿ ਹਾਂ ਚੇਂਜ ਆਏਗੀ ਜ਼ਰੂਰ।
ਬਹੁਤ ਸ਼ਾਨਦਾਰ ਮੂਵੀ ਹੈ ਤੁਹਾਨੂੰ ਦੇਖਣ ਦਾ ਮੌਕਾ ਮਿਲਦਾ ਜ਼ਰੂਰ ਦੇਖਣਾ ਫਿਲਮ ਚੰਮ ਦੇਖੀ ਸਪੈਸ਼ਲੀ ਅੱਜ ਮੈਂ ਦੂਜੀ ਵਾਰ ਫਿਲਮ ਦੇਖੀ ਹੈ ਮੈਨੂੰ ਇਸ ਤੋਂ ਪਹਿਲਾਂ ਵੀ ਫਿਲਮ ਦੇਖਣ ਦਾ ਮੌਕਾ ਮਿਲਿਆ ਪਰ ਜਿੰਨੀ ਸਮਝ ਇਸ ਫਿਲਮ ਬਾਰੇ ਅੱਜ ਲੱਗੀ ਹੈ ਉਹ ਸ਼ਾਇਦ ਪਹਿਲੀ ਵਾਰ ਮੈਂ ਸਮਝ ਨਹੀਂ ਸਕਿਆ ਜਮਾਤੀ ਦ੍ਰਿਸ਼ਟੀਕੋਣ ਤੋਂ ਪੰਜਾਬੀ ਦੇ ਵਿੱਚ ਬਣਾਈ ਗਈ ਜਿਹੜੀ ਫਿਲਮ ਮੇਰਾ ਖਿਆਲ ਹੈ ਸ਼ਾਇਦ ਇਸ ਤੋਂ ਪਹਿਲਾਂ ਕੋਈ ਫਿਲਮ ਬਣੀ ਹੋਵੇ ਜਿਹਦੇ ਵਿੱਚ ਸਾਡੇ ਦੇਸ਼ ਭਾਰਤ ਦੀ ਅਖੌਤੀ ਆਜ਼ਾਦੀ ਦੇ 72 ਸਾਲ ਬੀਤ ਜਾਣ ਦੇ ਬਾਅਦ ਵੀ ਅੱਜ ਜਿਹੜੀ ਹਾਲਤ ਹੈ ਉਹ ਇਸ ਫਿਲਮ ਦੇ ਵਿੱਚ ਪੂਰੀ ਤਰ੍ਹਾਂ ਬਿਆਨ ਕੀਤੀ ਗਈ ਹੈ ਮੈਂ ਫਿਲਮ ਵੇਖੀ ਮੈਨੂੰ ਬੜੀ ਚੰਗੀ ਲੱਗੀ ਇਸ ਫਿਲਮ ਵਿੱਚ ਕਈ ਮੈਸੇਜਿਸ ਜੋ ਹੈ ਪਬਲਿਕ ਕੇ ਲੀਏ ਹੈ ਸਭ ਪਹਿਲਾ ਮੈਸੇਜ ਪੋਲੀਟੀਸ਼ੀਅਨਸ ਕੇ ਲੀਏ ਹੈ ਉਸਕੇ ਬਾਅਦ ਬਿਊਰੋਕ੍ਰੈਟਸ ਕੇ ਲੀਏ ਹੈ ਔਰ ਤੀਸਰੇ ਨੰਬਰ ਪਰ ਜੋ ਮੈਸੇਜ ਹੈ ਵੋ ਆਮ ਜਨਤਾ ਕੇ ਲੀਏ ਹੈ ਔਰ ਇਸਮੇ ਇੱਕ ਆਸਪੈਕਟ ਨਹੀਂ ਡਰੱਗਸ ਕੇ ਉੱਪਰ ਬਾਤ ਹੈ ਇਲੈਕਸ਼ਨਸ ਕੇ ਉੱਪਰ ਬਾਤ ਹੈ ਪ੍ਰੋਫੈਸ਼ਨ ਕੇ ਉੱਪਰ ਬਾਤ ਹੈ ਔਰ ਦਿਖਾਇਆ ਕਿ ਵਰਗੋਂ ਕੇ ਅੰਦਰ ਵਰਗ ਹੈ ਇਹ ਵੀ ਇੱਕ ਇਸਮੇ ਮੈਸੇਜ ਕਿਸੀ ਨੇ ਇਸਕੋ ਨੋਟ ਕੀਆ ਹੈ ਕਿਸੀ ਨੇ ਨੋਟ ਨਹੀਂ ਕੀਆ ਵਰਗੋਂ ਕੇ ਅੰਦਰ ਵਰਗ ਹੈ ਔਰ ਉਨ ਵਰਗੋਂ ਕਾ ਵੀ ਆਪਸ ਮੇ ਮਨ ਮੁਟਾਵ ਹੈ ਅੱਛੀ ਫਿਲਮ ਹੈ ਬਹੁਤ ਅੱਛੀ ਲੱਗੀ ਦੇਖਣੀ ਚਾਹੀਏ ਥੈਂਕ ਯੂ ਜੀ ਅੱਜ ਆਪਾਂ ਚੰਮ ਫਿਲਮ ਵੇਖ ਕੇ ਹਟੇ ਹਾਂ ਅਤੇ ਮੈਨੂੰ ਲੱਗਦਾ ਕਿ ਕਾਸਟਿਜ਼ਮ ਅਤੇ ਸਮਾਜਿਕ ਨਾ ਬਰਾਬਰੀ 'ਤੇ ਇੱਕ ਬਿਹਤਰ ਫਿਲਮ ਆ ਬਿਹਤਰੀਨ ਫਿਲਮ ਅਤੇ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਕਿ ਜੇ ਲੋਕਾਂ ਨੂੰ ਦਿਖਾਈ ਜਾਵੇ ਪਿੰਡਾਂ 'ਚ ਜਾ ਕੇ ਅਤੇ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹਦੇ 'ਚ ਤਬਦੀਲੀ ਲਿਆ ਸਕਦੀ ਹੈ ਸੋ ਸਾਰਿਆਂ ਨੂੰ ਇਹ ਫਿਲਮ ਵੇਖਣੀ ਚਾਹੀਦੀ ਆ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਵੀ ਫਿਲਮ ਦਿਖਾਉਣੀ ਚਾਹੀਦੀ ਹੈ ਥੈਂਕ ਯੂ ਅਜਿਹਾ ਭਾਅ ਜੀ ਬਹੁਤ ਵਧੀਆ ਸਵਾਲ ਪੈਦਾ ਕਰਦੀ ਆ ਫਿਲਮ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਕਾਸਟਿਜ਼ਮ ਆ ਉਹਨੂੰ ਬਹੁਤ ਬੇਖੂਬੀ ਇਹਦੇ ਵਿੱਚ ਦੱਸਿਆ ਗਿਆ ਆ ਅਤੇ ਉਹ ਦਿਲ ਨੂੰ ਟੁੰਬਣ ਵਾਲੀ ਫਿਲਮ ਆ ਮਤਲਬ ਬਹੁਤ ਬੜੀ ਫਿਲਮ ਦੇਖਦਿਆਂ ਬੰਦਾ ਭਾਵੁਕ ਹੁੰਦਾ ਕਿ ਇਹ ਸਮੱਸਿਆਵਾਂ ਜਿਹੜੀਆਂ ਅੱਜ 21ਵੀਂ ਸਦੀ ਦੇ ਵਿੱਚ ਵੀ ਜਿਉਂ ਦੀਆਂ ਤਿਉਂ ਹੀ ਚੱਲ ਰਹੀਆਂ ਜਿਸ ਤਰ੍ਹਾਂ ਕਿ ਉਹਨਾਂ ਨੇ ਫਿਲਮ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਪਿੰਡਾਂ ਦੇ ਵਿੱਚ ਹਾਲਾਤ ਜਿਹੜੇ ਆ ਅਜੇ ਵੀ ਵੱਧ ਤੋਂ ਬਦਤਰ ਬਣੇ ਪਏ ਆ ਜਿਹੜਾ ਖਾਸ ਕਰਕੇ ਜਿਹੜਾ ਕਾਸਟਿਜ਼ਮ ਹੈ ਉਹਨੂੰ ਉਭਾਰਿਆ ਗਿਆ ਗਰੀਬੀ ਨੂੰ ਉਭਾਰਿਆ ਗਿਆ ਕਿ ਕਿਸ ਤਰ੍ਹਾਂ ਇੱਕ ਗਰੀਬ ਔਰਤ ਕਿੰਨੇ ਸਾਲ ਇੱਕ ਘਰ ਦੇ ਵਿੱਚ ਭਾਂਡੇ ਮਾਂਜਦੀ ਆ ਅਤੇ ਜਦੋਂ ਉਹਨੂੰ ਥੋੜ੍ਹੀ ਜਿਹੀ ਵੀ ਜ਼ਰੂਰਤ ਹੁੰਦੀ ਆ ਉਹਦੇ ਉੱਤੇ ਚੋਰੀ ਦਾ ਇਲਜ਼ਾਮ ਲਾ ਦਿੱਤਾ ਜਾਂਦਾ ਹੈ ਮਤਲਬ ਤੁਹਾਨੂੰ ਜਦੋਂ ਅੱਜ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਅਤੇ ਉਹਨੂੰ ਬਹੁਤ ਦੁੱਖ ਮਹਿਸੂਸ ਹੁੰਦਾ ਦੂਸਰਾ ਉਹ ਜਿਹੜਾ ਹੋਸਪਿਟਲ ਦੇ ਵਿੱਚ ਜਿਹੜੀ ਪ੍ਰਾਈਵੇਟ ਹੋਸਪਿਟਲਾਂ ਦੀ ਭਾਵੇਂ ਜਿਹੜੀ ਇੰਨੀ ਜ਼ਿਆਦਾ ਲੁੱਟ ਹੁੰਦੀ ਆ ਕਿ ਇਹ ਜਿਹੜਾ ਬੱਚਾ ਆ ਉਹਨੂੰ ਜਿਉਂਦਾ ਨਹੀਂ ਔਰ ਆਪਾਂ ਰੱਖ ਸਕੇ ਉਹਦੀ ਮੌਤ ਹੋ ਜਾਂਦੀ ਆ ਇਹ ਘਟਨਾ ਜਦੋਂ ਮੈਂ ਆਪਣੇ ਸੁਰਿੰਦਰ ਹੋਣਾ ਨਾਲ ਗੱਲ ਕਰ ਰਿਹਾ ਸੀ ਅਤੇ ਉਹ ਕਹਿੰਦੇ ਕਿ ਹੂਬੂ ਇੱਦਾਂ ਦੀਆਂ ਘਟਨਾ ਵਾਪਰੀ ਆ ਸੱਚੀ ਕਹਾਣੀ ਦੇ ਉੱਤੇ ਆ ਮੈਂ ਸਮਝਦਾ ਕਿ ਜਦੋਂ ਇਹ ਫਿਲਮ ਨੂੰ ਦੇਖਦੇ ਹਾਂ ਤਾਂ ਅਸੀਂ ਆਪਣੇ ਆਸਾ ਪਾਸੇ ਦੇ ਜਦੋਂ ਵਾਤਾਵਰਨ ਵੱਲ ਤਸਵੀਰ ਨੂੰ ਘੁਮਾਉਂਦੇ ਹਾਂ ਆਪਣੀ ਸੋਚਣ ਸ਼ਕਤੀ ਘੁਮਾਉਂਦੇ ਹਾਂ ਅਤੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਾਂ ਮੁਲਕ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਸਾਰੀਆਂ ਵਾਪਰਦੀਆਂ ਅਤੇ ਇਸ ਫਿਲਮ ਨੂੰ ਵੇਖ ਕੇ ਸਾਨੂੰ ਇੰਝ ਲੱਗਦਾ ਕਿ ਸਾਨੂੰ ਅੱਜ ਵੀ ਇਹਨਾਂ ਵਿਸ਼ਿਆਂ ਦੇ ਉੱਤੇ ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ ਤਾਂ ਕਿ ਅਸੀਂ ਇੱਕ ਸੱਜਰੀ ਸਵੇਰ ਵਰਗਾ ਇੱਕ ਆਪਣੇ ਸੁਪਨਿਆਂ ਵਰਗਾ ਸਮਾਜ ਸਿਰਜ ਸਕੀਏ ਮੈਂ ਜਿਨ੍ਹਾਂ ਨੇ ਰਜੀਵ ਹੋਣਾ ਨੇ ਫਿਲਮ ਬਣਾਈ ਆ ਔਰ ਫਿਲਮ ਦੇ ਵਿੱਚ ਜਿਹੜੇ ਕਲਾਕਾਰਾਂ ਨੇ ਕੰਮ ਕੀਤਾ ਉਹ ਬਹੁਤ ਹੀ ਮਤਲਬ ਫਿਲਮ ਨੂੰ ਦੇਖਦਿਆਂ ਇਸ ਤਰ੍ਹਾਂ ਵਾਪਰਿਆ ਹੁੰਦਾ ਕਿ ਜਿਸ ਤਰ੍ਹਾਂ ਅਸੀਂ ਇੱਕ ਤਸਵੀਰ ਨੂੰ ਦੇਖ ਰਹੇ ਹਾਂ ਮਤਲਬ ਫਿਲਮ ਨਹੀਂ ਲੱਗਦੀ ਸਾਡੇ ਆਸੇ ਪਾਸੇ ਵਾਪਰਦੀਆਂ ਘਟਨਾਵਾਂ ਜਿਹੜੀਆਂ ਹੂਬਹੂ ਉਹਨਾਂ ਨੇ ਪੇਸ਼ ਕੀਤੀਆਂ ਉਹਨਾਂ ਦਾ ਵੀ ਧੰਨਵਾਦ ਰਜੀਵ ਹੋਣਾ ਦਾ ਵੀ ਧੰਨਵਾਦ ਅਤੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਫਿਲਮ ਨੂੰ ਵੇਖਣ ਤੋਂ ਬਾਅਦ ਸਾਨੂੰ ਵੀ ਇੰਨੀ ਸ਼ਕਤੀ ਮਿਲਦੀ ਆ ਕਿ ਅਸੀਂ ਉਹਨਾਂ ਨੂੰ ਪ੍ਰੇਰੀਏ ਵੱਧ ਤੋਂ ਵੱਧ ਭਵਿੱਖ ਦੇ ਵਿੱਚ ਉਹ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਤਾਂ ਕਿ ਸਮਾਜ ਦੇ ਵਿੱਚ ਜਿਹੜਾ ਇਹ ਗੰਧਲਾ ਪਾਣਿਆ ਉਹ ਲੋਕਾਂ ਤੱਕ ਪਹੁੰਚ ਸਕੇ ਧੰਨਵਾਦ ਫਿਲਮ ਬਹੁਤ ਵਧੀਆ ਸੀ ਜਿਹੜੇ ਅਸੀਂ ਇੱਥੇ ਖਬਰਾਂ ਦੇ ਵਿੱਚ ਇੰਡੀਆ ਦੇਖਦੇ ਹਾਂ ਉਹਦੇ ਤੋਂ ਹਾਲਾਤਾਂ ਬਹੁਤ ਵੱਖਰੀਆਂ ਜਿਹੜੇ ਅਸਲੀਅਤ ਫਿਲਮ ਦੇ ਵਿੱਚ ਦਿਖਾਇਆ ਸਾਨੂੰ ਬੜਾ ਵਧੀਆ ਲੱਗਾ ਬਹੁਤ ਵਧੀਆ ਲੱਗੀ ਜੋ ਕੁਛ ਰੀਅਲ ਹੀ ਹੈ ਰੀਅਲ ਹੀ ਦਿਖਾਇਆ ਗਿਆ ਇਸ ਕਰਕੇ ਸਾਰਾ ਕੁਛ ਹੀ ਦੇਖਣ ਨੂੰ ਬਹੁਤ ਵਧੀਆ ਆ ਸਰ ਲੇਕਿਨ ਜੋ ਕੁਛ ਉੱਥੇ ਹੋ ਰਿਹਾ ਉਹੀ ਕੁਛ ਕਰ ਰਿਹਾ ਅੱਜ ਚੰਮ ਮੂਵੀ ਦੀ ਸਕਰੀਨਿੰਗ ਵੈਨਕੂਵਰ ਦੇ ਵਿੱਚ ਸਰੀ ਦੇ ਵਿੱਚ ਹੋਈ ਹੈ ਦੋ ਐਸੋਸੀਏਸ਼ਨਸ ਵੱਲੋਂ ਇਹ ਉਪਰਾਲਾ ਕੀਤਾ ਗਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਅਤੇ ਚੇਤਨ ਐਸੋਸੀਏਸ਼ਨ ਕੈਨੇਡਾ ਬਹੁਤ ਹੀ ਖੂਬਸੂਰਤ ਢੰਗ ਨਾਲ ਲੋਕਾਂ ਨੇ ਫਿਲਮ ਦੇਖੀ ਹੈ ਔਰ ਜਿਸ ਕਿਸਮ ਦਾ ਜਿਸ ਢੰਗ ਨਾਲ ਅਸੀਂ ਸਮਝਦੇ ਸੀਗੇ ਕਿ ਲੋਕ ਇੰਨੇ ਉਤਸੁਕ ਨੇ ਫਿਲਮ ਦੇਖਣ ਦੇ ਲਈ ਉਸ ਢੰਗ ਨਾਲ ਫਿਲਮ ਦੇਖੀ ਬਹੁਤ ਅੱਛਾ ਰਿਸਪੋਂਸ ਸੀਗਾ
ਸਵਾਲ ਜਵਾਬ ਹੋਏ ਔਰ ਇਹ ਜਿੰਨੇ ਢੰਗ ਨਾਲ ਜਿੰਨੇ ਮਤਲਬ ਪੂਰੇ ਢੰਗ ਨਾਲ ਲੋਕ ਫਿਲਮ ਲੋਕਾਂ ਦੇ ਅੰਦਰ ਉਤਰੀ ਹੈ ਉਸ ਗੱਲ ਦਾ ਮੈਨੂੰ ਵੀ ਇੱਕ ਵਾਰ ਤਾਂ ਹੈਰਾਨੀ ਹੋਈ ਕਿ ਇੱਥੋਂ ਦੇ ਲੋਕਾਂ ਨੂੰ ਵੀ ਜਦੋਂ ਮਤਲਬ ਅਸੀਂ ਈਗਲ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਆ ਕੇ ਸ਼ਾਇਦ ਪੰਜਾਬੀ ਲੋਕ ਪੰਜਾਬੀ ਕਲਚਰ ਨਾਲ ਟੁੱਟ ਗਏ ਆ ਪਰ ਨਹੀਂ ਉਹਨਾਂ ਦੇ ਅੰਦਰ ਉਹੀ ਦਰਦ ਉਹੀ ਤਕਲੀਫ ਉਹੀ ਮਹਿਸੂਸ ਕਰਦੇ ਨੇ ਚੰਗਾ ਸਮਾਜ ਸਿਰਜਣ ਦੇ ਲਈ ਉਹ ਵੀ ਉਤਸੁਕ ਨੇ ਆਪਣੇ ਆਪਣੇ ਉਪਰਾਲੇ ਕਰਦੇ ਨੇ ਅੱਜ ਦੀ ਇਸ ਫਿਲਮ ਸਕਰੀਨਿੰਗ ਦੇ ਵਿੱਚ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਇਹਨਾਂ ਦੋਨੋਂ ਐਸੋਸੀਏਸ਼ਨਸ ਦਾ ਔਰ ਖਾਸ ਕਰਕੇ ਕਾਮਰੇਡ ਹਰਦੇਵ ਜੀ ਦਾ ਅਤੇ ਜੈਵਿਰਦੀ ਜੀ ਹੋਣਾਂ ਦਾ ਜਿਨ੍ਹਾਂ ਦੇ ਉਪਰਾਲੇ ਸਦਕੇ ਇਹ ਬਹੁਤ ਖੂਬਸੂਰਤ ਸਕਰੀਨਿੰਗ ਹੋਈ ਹੈ ਥੈਂਕ ਯੂ ਵੈਰੀ ਮੱਚ